ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਿਹਤਰ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਇਸ ਦੇ ਚੱਲਦੇ ਸਰਹੱਦੀ ਹਲਕਾ ਖੇਮਕਰਨ ਦੇ ਪਿੰਡ ਸੂਰ ਸਿੰਘ ਵਿੱਚ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦੇ ਕੇ ਇਸ ਸਕੂਲ ਵਿੱਚ ਸਮਾਰਟ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦਾ ਅੱਜ ਰਸਮੀ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਕੀਤਾ ਗਿਆ। ਇਸ ਮੌਕੇ SDM ਨਵਰਾਜ ਸਿੰਘ ਬਰਾੜ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਵੀ ਹਾਜ਼ਰ ਸਨ। ਹਾਂ ਦੇਖੋ, ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇਹ ਬਹੁਤ ਹੀ ਵਧੀਆ ਇਹ ਕੰਮ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਿ ਸਮਾਰਟ ਸਕੂਲ ਜਿਹੜੇ ਹੈਗੇ ਆ ਉਹ ਬਣਾਏ ਜਾ ਰਹੇ ਆ। ਸਮਾਰਟ ਸਕੂਲ ਦੇ ਵਿੱਚ ਜਿੱਥੇ ਲੋਕਾਂ ਦਾ ਵੀ ਸਹਿਯੋਗ ਹੈ, ਟੀਚਰ ਸਾਹਿਬਾਨ ਦਾ ਸਹਿਯੋਗ ਹੈ ਐਂਡ ਐਜੂਕੇਸ਼ਨ ਡਿਪਾਰਟਮੈਂਟ ਦਾ ਐਂਡ ਸਰਕਾਰ ਦਾ, ਉਹਦੇ ਨਾਲ ਤੁਸੀਂ ਦੇਖਿਆ ਕਿ ਸਕੂਲਾਂ ਦੇ ਵਿੱਚ ਹੁਣ ਦੇਖੋ ਬੱਚਿਆਂ ਨੂੰ ਜਿਹੜਾ ਪ੍ਰੋਜੈਕਟ ਦੇ ਉੱਤੇ ਪੜ੍ਹਾਈ, 4 ਪ੍ਰੋਜੈਕਟ ਇਸ ਸਕੂਲ ਦੇ ਵਿੱਚ ਆ ਚੁੱਕੇ ਨੇ, 4 ਪ੍ਰੋਜੈਕਟ ਦੇ ਵਿੱਚ ਅਸੀਂ ਦੇਖਿਆ ਉਹ ਲੱਗ ਗਏ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਆ ਉਹਦੇ ਰਾਹੀਂ ਦਿੱਤੀ ਜਾ ਰਹੀ ਹੈ ਤਾਂ ਕਿ ਇੱਕ ਬੱਚਿਆਂ ਦੇ ਵਿੱਚ ਇੱਕ ਦੇਖ ਕੇ ਤੁਸੀਂ ਵੀ ਦੇਖਿਆ ਕਿ ਬੱਚੇ ਜਿਹੜੇ ਆ ਜਿਹੜਾ ਇੱਥੇ ਐਜੂਕੇਸ਼ਨ ਪਾਰਕ ਬਣਿਆ ਉਹ ਵੀ ਦੇਖਣ ਵਾਲਾ ਹੈ ਐਂਡ ਟੀਚਰਸ ਦਾ ਪੂਰੀ ਮਿਹਨਤ ਹੈ, ਲਗਨ ਦੇ ਨਾਲ ਕੰਮ ਕਰ ਰਹੇ ਐਂਡ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਹੈ ਐਂਡ ਉਹਨਾਂ ਦੇ ਵਿੱਚ ਜਿਹੜੀ ਪੜ੍ਹਨ ਦੀ ਭਾਵਨਾ ਦੇ ਆ ਡੈਡੀਕੇਟਡ ਹੋ ਰਹੀ, ਜਿੱਥੇ ਟੀਚਰਸ ਐਜ ਵੈਲ ਐਜ ਸਟੂਡੈਂਟਸ ਦੋਨੇ ਬਹੁਤ ਡੈਡੀਕੇਟਡ ਹੈ ਅਤੇ ਇਹ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਕੀਤਾ ਗਿਆ ਤਾਂ ਬਹੁਤ ਸ਼ਾਨਦਾਰ ਉਪਰਾਲਾ ਹੈ ਅਤੇ ਇਹਦੇ ਨਾਲ ਸਾਡਾ ਜਿਹੜਾ ਐਜੂਕੇਸ਼ਨ ਦਾ ਪੱਧਰ ਹੈ ਉਹ ਬਹੁਤ ਉੱਚਾ ਹੋਵੇਗਾ। ਜ਼ਿਲ੍ਹੇ ਵਿੱਚ ਹੋਰ ਸਰ ਕਿੰਨੇ ਕਿਹੋ ਜਿਹੇ? ਹਾਂ ਤਕਰੀਬਨ ਇਹ ਸਾਰਿਆਂ ਨੂੰ ਹੀ ਕਰਨ ਦਾ ਟੀਚਾ ਹੈ, ਬਹੁਤ ਸਾਰੇ ਹੋ ਚੁੱਕੇ, ਅੱਗੇ ਪ੍ਰੋਸੈਸ ਜਿਹੜੀ ਜਾ ਰਹੀ ਹੈ।